ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਬਹੁਤ ਵੱਡੀ ਗਿਣਤੀ 'ਚ ਇਸ ਪ੍ਰੋਗਰਾਮ ਦੇ ਨਾਲ ਸਾਂਝ ਪਾਉਂਦੇ ਨੇ ਬੜੇ ਬੇਸ਼ਕੀਮਤੀ ਸੁਝਾਅ ਕਮੈਂਟਸ ਮੈਂ ਬਹੁਤ ਪੜਦਾ ਸਾਰੇ ਪੜਦਾ ਔਰ ਬਹੁਤ سارے ਚੰਗੇ ਸੁਝਾਅ ਜਿਹੜੇ ਉਹਨਾਂ ਤੇ ਅਮਲ ਵੀ ਕਰਦਾ ਬਹੁਤ ਧੰਨਵਾਦ ਸਾਰੇ ਦਲਾਜਿਕ ਵਰਤੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਗਵਰਨਰ ਦੇ ਵਿਚਕਾਰ ਜੋ ਹੈ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਬਹੁਤ ਸਾਰੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਪੰਜਾਬ ਦੇ ਗਵਰਨਰ ਦੇ ਉੱਪਰ ਉਹ ਕਹਿ ਰਹੇ ਨੇ ਕਿ ਉਹ ਬੀਜੇਪੀ ਦੇ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਨੇ ਬੀਜੇਪੀ ਦੇ ਏਜੰਟ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਮਾਮਲਾ ਜਿਹੜਾ ਹੈ ਇਦੋਂ ਪਰ ਨਵਾਂ ਰੋਲਾ ਚੱਲਦਾ ਪਿਆ ਕੀ ਪੂਰਾ ਮਾਮਲਾ ਹੈ ਕੀ ਅਪਡੇਟ ਹੈ ਇਸ ਮਾਮਲੇ ਤੇ ਹਰਜੋਤ ਜੀ ਬਿਲਕੁਲ ਇਹ ਗੱਲ ਸਾਫ਼ ਤੌਰ ਤੇ ਦਿਖ ਰਹੀ ਹੈ ਕਿ ਇੱਕ ਵਾਰੀ ਫੇਰ ਪੰਜਾਬ ਸਰਕਾਰ ਬਨਾਮ ਪੰਜਾਬ ਦਾ ਗਵਰਨਰ ਟਕਰਾਅ ਦੀ ਸਥਿਤੀ ਸਾਨੂੰ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਚਿੱਠੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਪੰਜਾਬ ਦੇ ਗਵਰਨਰ ਨੇ ਕਹਿ ਦਿੱਤਾ ਕਿ ਜਿਹੜੇ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਨਿਯਮਾਂ ਦੇ ਅਨੁਕੂਲ ਨਹੀਂ ਹੋਈ ਉਹਨਾਂ ਇਥੇ ਸਵਾਲ ਬਹੁਤ ਵੱਡਾ ਹੈ ਪੋਲਿਟੀਕਲ ਤੌਰ ਤੇ ਸਾਰੀਆਂ ਧਿਰਾਂ ਭਗਵੰਤ ਮਾਨ ਨੂੰ ਸਲਾਹ ਦੇਣ ਲੱਗੀਆਂ ਰਵਨੀਤ ਬਿੱਟੂ ਨੇ ਟਵੀਟ ਕੀਤਾ ਸੁਖਪਾਲ ਖੈਰਾ ਆ ਪ੍ਰਤਾਪ ਸਿੰਘ ਬਾਜਵਾ ਸਾਰੇ ਕਹਿਣ ਲੱਗੇ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਆਪਣੇ ਸਲਾਹਕਾਰੀਆਂ ਤਾਂ ਬਦਲੇ ਜਾਂ ਸਲਾਹਕਾਰਾਂ ਤੋਂ ਚੰਗੀ ਤਰ੍ਹਾਂ ਸਲਾਹ مشਵਰਾ ਕਰਕੇ ਫੈਸਲੇ ਲੈਣ ਤਾਂ ਕਿ ਇਸ ਤਰ੍ਹਾਂ ਨਮੋਸ਼ੀ ਨਾਲ ਸਾਹਮਣਾ ਨਾ ਕਰਨਾ ਪਵੇ ਜਦੋਂ ਤੋਂ ਪੰਜਾਬ ਦੇ ਸਿਹਤ ਮੰਤਰੀ ਨੇ ਵਾਈਸ ਚਾਂਸਲਰ ਨੂੰ ਬੈੱਡ ਤੋਂ ਲਟਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਿਹੜੀ ਸਾਡੀ ਯੂਨੀਵਰਸਿਟੀ ਹੈ ਬਾਬਾ ਫਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਅੱਜ ਤੱਕ ਉਸ ਯੂਨੀਵਰਸਿਟੀ ਨੂੰ ਵਾਈਸ ਚਾਂਸਲਰ ਹੀ ਨਹੀਂ ਮਿਲਿਆ ਸੋ ਇਸ ਕਰਕੇ ਬੜੀ ਹੈਰਾਨੀ ਵਾਲੀ ਗੱਲ ਹੈ ਹੁਣ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਬਹੁਤ ਲੰਮੇ ਸਮੇਂ ਬਾਅਦ ਵਾਈਸ ਚਾਂਸਲਰ ਲੱਗਿਆ ਚੋਣਾਂ ਤੋਂ ਪਹਿਲਾਂ ਹੀ ਮੰਗ ਉੱਠ ਰਹੀ ਸੀ ਕਿ ਵਾਈਸ ਚਾਂਸਲਰ ਲਾਇਆ ਜਾਵੇ ਕੈਪਟਨ ਅਮਰਿੰਦਰ ਵੀ ਨਹੀਂ ਲਾ ਸਕਿਆ ਉਦੋਂ ਵੀ ਆਈ ਇਸ ਅਫਸਰ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚਲਾਉਂਦੇ ਰਹੇ ਤੇ ਵਿਦਿਆਰਥੀਆਂ ਨੇ ਪ੍ਰੋਟੈਸਟ ਵੀ ਕੀਤੇ ਮੈਂ ਵੀ ਗੱਲ ਕਈ ਵਾਰ ਚੱਕੀ ਹੁਣ ਜਿਹੜੇ ਉੱਥੇ ਵਾਈਸ ਚਾਂਸਲਰ ਬਣਾਏ ਗਏ ਭਗਵੰਤ ਮਾਨ ਦੀ ਸਰਕਾਰ ਵੱਲੋਂ ਗਵਰਨਰ ਸਾਹਿਬ ਕਹਿੰਦੇ ਉਹ ਵੈਲਿਡ ਨਹੀਂ ਨੇ ਕਨਸਟੀਟਿਊਸ਼ਨਲੀ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਗਿਆ ਸੋ ਸਵਾਲ ਬੜਾ ਹੈਰਾਨੀ ਵਾਲਾ ਵੀ ਹੈ ਵੱਡਾ ਕਿ ਸੱਚਮੁੱਚ ਗਵਰਨਰ ਸਹੀ ਨੇ ਕਿ ਸੱਚਮੁੱਚ ਭਗਵੰਤ ਮਾਨ ਦੀ ਸਰਕਾਰ ਨੇ ਉਹ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਵਰਨਰ ਦਾ ਸ਼ਰੇਆਮ ਕਹਿ ਦੇਣਾ ਹੁਣ ਦੂਜੇ ਪਾਸੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੇਂਦਰ ਚ ਕੇਂਦਰ ਦੀ ਸਰਕਾਰ ਲਗਭਗ ਨਾਮ ਰეკਮੈਂਡ ਕਰਦੀ ਹੈ ਕਿਸੇ ਨੂੰ ਵੀ ਜਦੋਂ ਗਵਰਨਰ ਨਿਯੁਕਤ ਕੀਤਾ ਜਾਂਦਾ ਹੈ ਹੁਣ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਵੀ ਉਭਾਰ ਲਿਆ ਜਿਵੇਂ ਲੈਫਟੀਨੈਂਟ ਗਵਰਨਰ ਦੇ ਨਾਲ ਦਿੱਲੀ ਚ ਕਦੀ ਨਹੀਂ ਬਣੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਔਰ ਲੈਫਟੀਨੈਂਟ ਗਵਰਨਰ ਦਿੱਲੀ ਦੇ ਵਿਚਾਲੇ ਟਕਰਾ ਰਿਹਾ ਜਿਵੇਂ ਬੀਬੀ ਮਮਤਾ ਬਨਰਜੀ ਤੇ ਗਵਰਨਰਾਂ ਦੇ ਵਿਚਾਲੇ ਟਕਰਾ ਰਿਹਾ ਠੀਕ ਉਸੇ ਤਰ੍ਹਾਂ ਹੁਣ ਪੰਜਾਬ ਚ ਪਹਿਲੀ ਵਾਰੀ ਹੈ ਕਿ ਪੰਜਾਬ ਦੇ ਗਵਰਨਰ ਔਰ ਮੁੱਖ ਮੰਤਰੀ ਜਾਂ ਸਰਕਾਰ ਵਿਚਾਲੇ ਟਕਰਾਵ ਵੱਡਾ ਹੋ ਗਿਆ ਵੱਡਾ ਹੋ ਗਿਆ ਟਕਰਾ ਇਹ ਟਕਰਾਵ ਭਵਿੱਖ ਚ ਪੰਜਾਬ ਲਈ ਚਿੰਤਾਜਨਕ ਵੀ ਬਣ ਸਕਦਾ ਹੈ ਕਿਉਂਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਪਰ ਸਾਡਾ ਸੰਵਿਧਾਨ ਗਵਰਨਰ ਨੂੰ ਵੀ ਬਹੁਤ ਸਾਰੀਆਂ ਤਾਕਤਾਂ ਦਿੰਦਾ ਹੈ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਸੌ ਵੀ ਗਵਰਨਰਰੀ ਚਕਾਉਂਦਾ ਹੈ ਵਿਧਾਨ ਸਭਾ ਸੈਸ਼ਨ ਦੀ ਮਨਜ਼ੂਰੀ ਵੀ ਗਵਰਨਰਰੀ ਦਿੰਦਾ ਹੈ ਵਿਧਾਨ ਸਭਾ ਸੈਸ਼ਨ ਚ ਸਾਡੀ ਸਰਕਾਰ ਦਾ ਜਿਹੜਾ ਵਿਜ਼ਨ ਡਾਕੂਮੈਂਟ ਹੈ ਕਿ ਸਰਕਾਰ ਕੀ ਕਰ ਰਹੀ ਹੈ ਉਹ ਵੀ ਗਵਰਨਰਰੀ ਪੜਦਾ ਸੋ ਇਸ ਕਰਕੇ ਗਵਰਨਰ ਕੋਲੇ ਵੀ ਸੰਵਿਧਾਨ ਚ ਤਾਕਤਾਂ ਨੇ ਚੁਣੀ ਹੋਈ ਸਰਕਾਰ ਕੋਲੇ ਵੀ ਤਾਕਤਾਂ ਨੇ ਮਿਲ ਜੁਲ ਕੇ ਕੰਮ ਕਰਨ ਤੇ ਚੰਗੀ ਗੱਲ ਹੈ ਕਹਿੰਦੇ ਨੇ ਕਿ ਗੱਡੀ ਚਾਰ ਪਹੀਆ ਤੇ ਚੱਲਦੀ ਹੈ ਸੋ ਸਰਕਾਰ ਦੇ ਦੋ ਪਹੀਏ ਲਾ ਲੋ ਗਵਰਨਰ ਤੇ ਮੁੱਖ ਮੰਤਰੀ ਦੋਵੇਂ ਅਗਲੇ ਪਹੀਏ ਕਹਿ ਲੋ ਪਿਛਲੇ ਪਹੀਏ ਇੱਕ ਪਾਸੇ ਵਿਧਾਨਪਾਲਿਕਾ ਕਹਿ ਲੋ ਇੱਕ ਪਾਸੇ ਸਾਡਾ ਪ੍ਰਸ਼ਾਸਨ ਜਾਂ ਨਿਆਇਪਾਲਿਕਾ ਕਹਿ ਲੋ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਟਕਰਾ ਨਹੀਂ ਹੋਣਾ ਚਾਹੀਦਾ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਮੋਰਚਾ ਖੋਲ ਲਿਆ ਉਹਨਾਂ ਨੇ ਬੁਲਾਰੇ ਨੇ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਬਕਾਇਦਾ ਬਿਆਨ ਦਿੱਤਾ ਉਹ ਕਹਿੰਦੇ ਕਿ ਪੰਜਾਬ ਤੇ ਹਰਿਆਣਾ ਖੇਤੀਬਾੜੀ ਐਕਟ 1970 ਦੀ ਧਾਰਾ 15 15ਏ ਉਹਦੇ ਅਨੁਸਾਰ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਦਾ ਅਧਿਕਾਰ ਹੈ ਉਹ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਕੋਲੇ ਹੈ گورਨਿੰਗ ਕੌਂਸਲ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ گورਨਿੰਗ ਕੌਂਸਲ ਕੋਲੇ ਕਹਿੰਦੇ ਅਧਿਕਾਰ ਹੈ ਤੇ گورਨਿੰਗ ਕੌਂਸਲ ਵੀਸੀ ਦੀ ਨਿਯੁਕਤੀ ਲਈ ਫੈਸਲਾ ਕਰ ਸਕਦੀ ਹੈ ਉਹ ਕਹਿੰਦੇ ਰਾਜਪਾਲ ਨੇ ਮਲਵਿੰਦਰ ਸਿੰਘ ਕਾਂ ਕਹਿੰਦੇ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹ ਨਾ ਤਾਂ ਪੀਯੂ ਦੇ ਵਾਈਸ ਚਾਂਸਲਰ ਨੂੰ ਨਿਯੁਕਤੀ ਕਰ ਸਕਦੇ ਨੇ ਤੇ ਨਾ ਹੀ ਉਹਨੂੰ ਹਟਾਈ ਸਕਦੇ ਨੇ ਉਹ ਕਹਿੰਦੇ ਜਿਹੜੇ ਬਨਵਾਰੀ لال ਪ੍ਰੋਹਿਤ ਨੇ ਉਹ ਭਾਜਪਾ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਉਹ ਕਹਿੰਦੇ ਉਹਨਾਂ ਨੂੰ ਤਾਂ ਜਾਣਬੁੱਝ ਕੇ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਜੇ ਉਹ ਕੁਝ ਕਰਨਾ ਚਾਹੁੰਦੇ ਨੇ ਉਹ ਕਹਿੰਦੇ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣ ਚੋਣਾਂ ਲੜਨ ਉਹ ਕਹਿੰਦੇ ਰਾਜਪਾਲ ਦੇ ਅਹੁਦੇ ਦੀ ਮर्यादा ਨੂੰ ਠੇਸ ਪੁੱਜ ਰਹੀ ਹੈ ਇੱਥੋਂ ਤੱਕ ਆਮ ਆਦਮੀ ਪਾਰਟੀ ਦੇ ਬੁਲਾਰੇ ਮੰਗ ਕਰ ਰਹੇ ਨੇ ਕਿ ਪੰਜਾਬ ਦੇ ਰਾਜਪਾਲ ਨੂੰ ਬਰਖਾਸਤ ਕੀਤਾ ਜਾਵੇ। ਸੋ ਗੱਲ ਹਰਜੋਤ ਜੀ ਬਹੁਤ ਅੱਗੇ ਤੱਕ ਵੱਧ ਗਈ। ਹੁਣ ਮੈਨੂੰ ਲੱਗਦਾ ਹੈ ਅਗਲੇ ਸਮੇਂ 'ਚ ਇੱਕ ਅਦੇ ਦਿਨ 'ਚ ਕਿਉਂਕਿ ਹਵਾਲਾ ਦਿੱਤਾ ਮਲਵਿੰਦਰ ਸਿੰਘ ਕਾਂਗ ਨੇ ਉਹ ਕਹਿੰਦੇ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਤੇ ਹਰਿਆਣਾ ਖੇਤੀਬਾੜੀ ਐਕਟ 1970 ਦੀ ਧਾਰਾ 15ਏ ਹੈ ਉਹਦੇ ਤਹਿਤ ਗੈਰਕਾਨੂੰਨੀ ਹੈ। ਹੁਣ ਪੰਜਾਬ ਦੇ ਗਵਰਨਰ ਕਿਹੜੀ ਧਾਰਾ ਦਾ ਹਵਾਲਾ ਦੇ ਕੇ ਦੱਸਣਗੇ? ਵੀ ਉਹਨਾਂ ਕੋਲੇ ਅਧਿਕਾਰ ਹੈ ਉਹ ਦਾ ਇੰਤਜ਼ਾਰ ਰਹੂਗਾ ਪਰ ਉੰਜ ਜਿਹੜੇ ਸੰਵਿਧਾਨ ਦੇ ਮਾਹਰ ਨੇ ਉਹ ਕਹਿੰਦੇ ਕਿ ਗਵਰਨਰ ਔਰ ਮੁੱਖ ਮੰਤਰੀ ਦੇ ਵਿਚਾਰੇ ਟਕਰਾ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਲੋਕ ਮੁੱਦਿਆਂ ਤੋਂ ਧਿਆਨ ਹਟਦਾ ਦੇਖੋ ਵਾਈਸ ਚਾਂਸਲਰ ਜਿਹੜੇ ਹੁਣ ਚੁਣੇ ਗਏ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹ ਵੀ ਬੜੇ ਮੰਨੇ ਪ੍ਰਮੰਨੇ ਸਾਇੰਸਦਾਨ ਨੇ ਜਿਹੜੇ ਪਹਿਲਾਂ ਤੈਅ ਕੀਤੇ ਸੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਭਾਵੇਂ ਪ੍ਰਾਈਵੇਟ ਹਸਪਤਾਲ 'ਚ ਰਹੇ ਨੇ ਉਹ ਇੱਕ ਪਰ ਉਹਨਾਂ ਦਾ ਬੜਾ ਨਾਮ ਹੈ ਬੜੀਆਂ ਸੇਵਾਵਾਂ ਉਹਨਾਂ ਦੇ ਨਾਂ ਤੇ ਰਹੀਆਂ ਨੇ ਹੁਣ ਉਹਨਾਂ ਨੇ ਤਾਂ ਦੁਬਾਰਾ ਨਾਮ ਹੀ ਵਾਪਸ ਲੈ ਲਿਆ ਕਹਿੰਦੇ ਮੈਂ ਇਸ ਹੋੜ 'ਚ ਹੀ ਨਹੀਂ ਪੈਣਾ ਸੋ ਕਿਤੇ ਇਹ ਨਾ ਹੋਵੇ ਕਿ ਸਾਡੇ ਮੰਨੇ ਪਰ ਮੰਨੇ ਸਾਇੰਸਦਾਨ ਸਰਕਾਰ ਔਰ ਗਵਰਨਰ ਦੇ ਦਫਤਰ ਦੇ ਵਿਚਾਲੇ ਜਿਹੜਾ ਟਕਰਾਅ ਹੈ ਉਹਦੇ ਤੋਂ ਡਰ ਜਾਣ ਕਈ ਵਾਰੀ ਹੁੰਦਾ ਕੀ ਹੈ ਜਦੋਂ ਵੱਡੇ ਤਕੜੇ ਲੋਕਾਂ ਦੀ ਲੜਾਈ ਹੁੰਦੀ ਹੈ ਤੇ ਸਾਡੇ ਲੋਕ ਕਈ ਵਾਰੀ ਪਿਸ ਜਾਂਦੇ ਨੇ ਇਸ ਕਰਕੇ ਜਿਹੜੇ ਸਾਇੰਸਦਾਨ ਨੇ ਇਹ ਬਹੁਤ ਆ ਸ਼ਾਂਤ ਸੁਭਾਅ ਦੇ ਮਿਹਨਤ ਮੁਸ਼ਕਤ ਕਰਨ ਵਾਲੇ ਲੋਕ ਹੁੰਦੇ ਨੇ ਪ੍ਰੋਫੈਸ਼ਨਲ ਹੁੰਦੇ ਨੇ ਇਸ ਕਰਕੇ ਇਹ ਪੋਲਿਟਿਕਸ 'ਚ ਨਹੀਂ ਪੈਂਦੇ ਕਿਤੇ ਇਹ ਨਾ ਹੋਵੇ ਸਾਡੇ ਮੰਨੇ ਪਰਮੰਨੇ ਸਾਇੰਸਦਾਨ ਹੱਥ ਖੜੇ ਕਰ ਜਾਣ ਵੀ ਭਾਈ ਅਸੀਂ ਤਾਂ ਵਾਈਸ ਚਾਂਸਲਰ ਲੱਗਣਾ ਹੀ ਨਹੀਂ ਫਿਰ ਆਪਾਂ ਲਾਵਾਂਗੇ ਕਿਨੂੰ ਇਸ ਕਰਕੇ ਮੈਂ ਬੜਾ ਹੈਰਾਨ ਆ ਸਾਡੇ ਕਈ ਮੰਤਰੀ ਵੀ ਪੰਜਾਬ ਸਰਕਾਰ ਦੇ ਉਹ ਸਿੱਧੇ ਟਿੱਪਣੀਆਂ ਕਰੀ ਜਾ ਰਹੇ ਨੇ ਗਵਰਨਰ ਸਾਹਿਬ ਤੇ ਉਹਨਾਂ ਦਾ ਹੱਕ ਹੈ ਡੈਮੋਕ੍ਰੇਸੀ 'ਚ ਪਰ ਭਗਵੰਤ ਮਾਨ ਔਰ ਗਵਰਨਰ ਸਾਹਿਬ ਦੇ ਵਿੱਚ ਜਿਹੜਾ ਡਿਫਰੈਂਸ ਪੈਦਾ ਹੋਇਆ ਹੈ ਫੈਸਲੇ ਲੈਣ ਦਾ ਉਹਦੇ ਵਿੱਚ ਮੰਤਰੀ ਔਰ ਦੂਜੀ ਲੀਡਰਸ਼ਿਪ ਅਗਰ ਨਾ ਵੜੇ ਤੇ ਚੰਗੀ ਗੱਲ ਹੈ ਕਿਉਂਕਿ ਅਗਰ ਇਹ ਟਕਰਾਅ ਵੱਧ ਗਿਆ ਗਵਰਨਰ ਦਾ ਤੇ ਰਾਜਪਾਲ ਦਾ ਦੇਖੋ ਕੰਡਕਟਰ ਤੇ ਡਰਾਈਵਰ 'ਚ ਵੀ ਤਾਲਮੇਲ ਬਹੁਤ ਜ਼ਰੂਰੀ ਹੁੰਦਾ ਨਹੀਂ ਤਾਂ ਕੰਡਕਟਰ ਜਿੱਥੇ ਚਾਵੇ ਸਿਟੀ ਮਾਰ ਦੇ ਤੇ ਜੇ ਡਰਾਈਵਰ ਨਹੀਂ ਰੋਕੂਗਾ ਤੇ ਫਿਰ ਆਪਸ 'ਚ ਲੜਨਗੇ ਇਸ ਕਰਕੇ ਡ라이ਵਰ ਤੇ ਕੰਡਕਟਰ ਵਾਲਾ ਰਿਸ਼ਤਾ ਹੁੰਦਾ ਹੈ ਮੁੱਖ ਮੰਤਰੀ ਤੇ ਗਵਰਨਰ ਦਾ ਮੈਂ ਦੋਨਾਂ ਨੂੰ ਡਰਾਈਵਰ ਮੰਨਦਾ ਤੇ ਦੋਨਾਂ ਨੂੰ ਹੀ ਕੰਡਕਟਰ ਮੰਨਦਾ ਸੋ ਇਸ ਕਰਕੇ ਜੇ ਸਰਕਾਰ ਤੇ ਗਵਰਨਰ ਦਫ਼ਤਰ ਚ ਤਾਲਮੇਲ ਦੀ ਕਮੀ ਹੋਊਗੀ ਤੇ ਲੋਕਾਂ ਦਾ ਨੁਕਸਾਨ ਹੋਊਗਾ ਮੇਰਾ ਹੀ ਮੰਨਣਾ ਹੈ ਕਿ ਇਹ ਇਸ ਤਰ੍ਹਾਂ ਦਾ ਟਕਰਾ ਨਹੀਂ ਹੋਣਾ ਚਾਹੀਦਾ ਸੰਜਮ ਨਾਲ ਬਿਆਨਬਾਜ਼ੀ ਹੋਣੀ ਚਾਹੀਦੀ ਡੱਲਾ ਜੀ ਇੱਕ ਹੋਰ ਖਬਰ ਜੋ ਹੈ ਮੀਡੀਆ ਦੇ ਵਿੱਚ ਹੈ ਸੁਰਖੀਆਂ ਦੇ ਵਿੱਚ ਚੱਲਦੀ ਹੈ ਉਹ ਇਹ ਕਿ ਪੰਜਾਬ ਸਰਕਾਰ ਜੋ ਹੈ 에ਅਰਕ੍ਰਾਫਟ ਆਪਣਾ ਕਿਰਾਏ ਤੇ ਲੈਣ ਦੀ ਤਿਆਰੀ ਦੇ ਵਿੱਚ ਹੈ ਪਾਵ ਅਸੀਂ ਇਹ ਕਹਿ ਸਕਦੇ ਹਾਂ ਕਿ 8 ਤੋਂ 10 ਸੀਟਾਂ ਵਾਲਾ 에ਅਰਕ੍ਰਾਫਟ ਜੋ ਹੈ ਪੰਜਾਬ ਸਰਕਾਰ ਹੁਣ ਕਿਰਾਏ ਤੇ ਲੈਣਾ ਚਾਹੁੰਦੀ ਹੈ ਤੇ ਉਸ ਲਈ ਜੋ ਹੈ ਪੰਜਾਬ ਸਰਕਾਰ ਵੱਲੋਂ ਟੈਂਡਰ ਵੀ ਜੋ ਹੈ ਮੰਗੇ ਗਏ ਨੇ ਤੇ ਅਜਿਹੇ ਸਮੇਂ ਵਿੱਚ ਲੱਗ ਰਿਹਾ ਹੈ ਕਿ ਜ਼ਰੂਰਤ ਅਜੇ ਹੀ ਪੈ ਗਈ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੂੰ ਕਿਰਾਏ ਤੇ 에ਅਰਕ੍ਰਾਫਟ ਲੈਣਾ ਪੈ ਰਿਹਾ ਕਿਉਂਕਿ ਪੰਜਾਬ ਸਰਕਾਰ ਕੋਲ ਤਾਂ ਖੁਦ ਦਾ 35 ਤੋਂ 38 ਕਰੋੜ ਦਾ ਜੋ ਹੈਲੀਕਾਪਟਰ ਮੌਜੂਦ ਹੈ ਸੋ ਕਿੰਨੀ ਕੋ ਜ਼ਰੂਰਤ ਹੈ ਕਿ ਇਹ ਹੁਣ 에ਅਰਕ੍ਰਾਫਟ ਕਿਰਾਏ ਤੇ ਲੈਣਾ ਪੈ ਰਿਹਾ ਹੈ ਕੀ ਅਪਡੇਟ ਹੈ ਹਰਜੋਤ ਜੀ ਇਹ ਮਾਮਲਾ ਵੀ ਖੂਬ ਸੁਰਖੀਆਂ ਦੇ ਵਿੱਚ ਹੈ ਔਰ ਵਿਰੋਧੀ ਨਿਸ਼ਾਨੇ ਤੇ ਲੈ ਰਹੇ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਪਰ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਲ ਪਹਿਲਾਂ ਤੱਕ ਪੰਜਾਬ ਸਰਕਾਰ ਕੋਲੇ ਆਪਣਾ ਇਸੇ ਤਰ੍ਹਾਂ ਦਾ ਇੱਕ ਜਹਾਜ਼ ਵੀ ਸੀ ਜਿਹਨੂੰ ਅਸੀਂ ਕਹਿ ਦਿੰਨੇ ਆ ਕਿ ਜੱਟ ਕਹਿ ਦਿੰਦੇ ਨੇ ਆਮ ਤੌਰ ਤੇ 8 ਤੋਂ 10 ਸੀਟਰ ਜਹਾਜ਼ ਏਅਰਕ੍ਰਾਫਟ ਏਅਰਕ੍ਰਾਫਟ ਕਹਿ ਦਿੰਦੇ ਨੇ ਹੁਣ ਪੰਜਾਬ ਸਰਕਾਰ ਨੇ ਟੈਂਡਰ ਮੰਗੇ ਨੇ ਟੈਂਡਰ ਕੱਢੇ ਨੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ 8 ਤੋਂ 10 ਪੈਸੇਂਜਰ ਵੀਆਈਪੀ ਪੈਸੇਂਜਰ ਉਹਨਾਂ ਦੇ ਲਈ 1 ਸਾਲ ਦੇ ਲਈ ਐਗਰੀਮੈਂਟ ਸਾਈਨ ਹੋਣ ਦੀ ਡੇਟ ਤੋਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਹਾਜ਼ ਕਿਰਾਏ ਤੇ ਲਈਏ 8 ਤੋਂ 10 ਸੀਟਾਂ ਵਾਲਾ ਜਹਾਜ਼ ਪੰਜਾਬ ਸਰਕਾਰ ਨੇ ਸਾਰੀਆਂ ਦੇਸ਼ ਦੀਆਂ ਵੱਡੀਆਂ ਕੰਪਨੀਆਂ ਨੂੰ ਕਿਹਾ ਵੀ ਤੁਸੀਂ ਅਪਲਾਈ ਕਰੋ ਤੇ ਚੰਡੀਗੜ੍ਹ ਦੇ ਵਿੱਚ ਹੀ ਜਹਾਜ਼ ਖੜੂ ਚੰਡੀਗੜ੍ਹ ਜਿਹੜੇ ਇੰਟਰਨੈਸ਼ਨਲ 에ਅਰਪੋਰਟ ਹੈ ਉਹਦੇ ਤੋਂ ਹੀ ਸੋ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਵੀਆਈਪੀ ਹੋਇਆ ਕਰਨਗੇ 8-10 ਲੋਕ ਕਰੀ ਕਿਸੇ ਨੇ ਜਾਣਾ ਉਹਦੇ 'ਚ ਜਾ ਕੇ ਉੱਥੋਂ ਉਹ ਡਾਨ ਭਰਿਆ ਕਰਨਗੇ। ਸੁਬ ਅੱਜਕੱਲ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵੀ ਕਿਰਾਏ ਤੇ ਲੈ ਰੱਖੇ ਸੀ ਜਹਾਜ਼ ਭਾਜਪੀ ਨੇ ਵੀ। ਕਈ ਪਾਰਟੀਆਂ ਨੇ ਲੈ ਲਏ। ਪਰ ਆਮ ਆਦਮੀ ਪਾਰਟੀ ਦਾ ਵਿਰੋਧ ਇਸ ਕਰਕੇ ਵਿਰੋਧੀ ਤਰ੍ਹਾਂ ਕਰ ਰਹੀਆਂ ਨੇ ਉਹ ਕਹਿੰਦੇ ਵੀ ਤੁਸੀਂ ਤਾਂ ਜਿਵੇਂ ਅਰਵਿੰਦ ਕੇਜਰੀਆਲ ਸੀ ਮੁੱਖ ਮੰਤਰੀ ਦਿੱਲੀ ਦੇ ਹੁਣ ਵੀ ਉਹ ਤਾਂ ਵੈਗਨਰ ਕਾਰ 'ਚ ਜਾਂਦੇ ਸੀ ਉਹ ਤਾਂ ਮਜਬੂਰੀ 'ਚ ਉਹਨਾਂ ਨੇ ਸੁਰੱਖਿਆ ਮਿਲ ਗਈ ਉਹਨਾਂ ਨੂੰ ਮਜਬੂਰੀ 'ਚ ਕਹਿੰਦੇ ਉਹਨਾਂ ਨੂੰ ਸਰਕਾਰੀ ਗੱਡੀ ਲੈਣੀ ਪਈ ਪਰ ਕਹਿੰਦੇ ਜਹਾਜ਼ ਦੀ ਕੀ ਲੋੜ ਹੈ ਹੁਣ ਪੰਜਾਬ 'ਚ ਸ਼ਖਪਾਲ ਖਹਿਰਾ ਨੇ ਵੀ ਟਵੀਟ ਕੀਤਾ ਪ੍ਰਤਾਪ ਬਾਜਵਾ ਨੇ ਕੀਤਾ ਅੰਦਾਜ਼ਾ ਜਦ ਮੈਂ ਪਤਾ ਕੀਤਾ ਸੀ ਕਹਿੰਦੇ 1.5 ਲੱਖ ਤੋਂ 2 ਲੱਖ ਰੁਪਏ ਪ੍ਰਤੀ ਕਿਲੋ ਪ੍ਰਤੀ ਘੰਟਾ ਮਾਫ ਕਰਨਾ 1.5 ਲੱਖ ਤੋਂ 2 ਲੱਖ ਰੁਪਏ ਪ੍ਰਤੀ ਘੰਟਾ ਖਰਚਾ ਪਊਗਾ ਅਗਰ ਇਹ ਜਿਹੜਾ ਜਹਾਜ਼ ਇਹਨੂੰ ਡਿਸਾਲਟ ਫਾਲਕਨ ਵੀ ਕਹਿੰਦੇ ਨੇ ਫਿਕਸਡ ਵਿੰਗ ਕਹਿੰਦੇ ਨੇ ਵੀ ਇਹਦੇ ਜਿਹੜੇ ਪਰ ਨੇ ਉਹ ਪੱਕੇ ਹੁੰਦੇ ਨੇ ਸੋ ਫਿਕਸਡ ਵਿੰਗ ਏਅਰਕ੍ਰਾਫਟ ਛੋਟਾ ਜਿਹਾ ਜਹਾਜ਼ ਹੁੰਦਾ ਉਂਝ ਮੈਂ ਬੈਠਿਆ ਇੱਕ ਵਾਰੀ ਇਹਦੇ ਚ ਡਰ ਵੀ ਲੱਗਦਾ ਐਹ ਜੀ ਗੱਲ ਨਹੀਂ ਵੀ ਡਰ ਨਹੀਂ ਲੱਗਦਾ ਇਹਦੇ ਚ ਵੱਡੇ ਜਹਾਜ਼ ਚ ਘੱਟ ਡਰ ਲੱਗਦਾ ਹਜੇ ਸੋ ਇਹ 에ਅਰਕ੍ਰਾਫਟ ਛੋਟਾ ਜਹਾਜ਼ ਹੁੰਦਾ ਇਹਦੇ ਵਿੱਚ ਡਰ ਥੋੜਾ ਵੱਧ ਲੱਗਦਾ ਹੁਣ ਸਵਾਲ ਇਹ ਹੈ ਕਿ ਕਿਰਾਏ ਤੇ ਲੈਣਾ ਹੈ ਇਹਦਾ ਵਿਰੋਧ ਕਰ ਰਹੇ ਨੇ ਵਿਰੋਧੀ ਪਰ ਦੇਖਿਆ ਜਾਵੇ ਤੇ ਸਰਕਾਰ ਨੂੰ ਲੋੜ ਵੀ ਹੋ ਸਕਦੀ ਹੈ ਸਰਕਾਰ ਦੇ ਕਿੰਨੇ ਵੀ ਆਈਪੀ ਹੈ ਉਹਨਾਂ ਨੇ ਕਿੱਥੇ ਆਣਾ ਜਾਣਾ ਭਾਈ ਉਹ ਹੁਣ ਬੱਸਾਂ ਕਾਰਾਂ ਤੇ ਥੋੜੀ ਜਾਣਗੇ ਜੇ ਕਿਸੇ ਨੇ ਮੰਨ ਲਓ ਦਿੱਲੀਓਂ ਹੀ ਜਾਣਾ ਹੈ 8-10 ਲੋਕਾਂ ਨੇ ਤੁ ਜੇ ਇਸ ਜਹਾਜ਼ ਤੇ ਜਾਣਗੇ ਮੈਨੂੰ ਲੱਗਦਾ ਘੰਟੇ ਚ ਪਹੁੰਚ ਜਾਣਗੇ ਕਿਉਂਕਿ ਅਮਰਸਰ ਤੋਂ ਦਿੱਲੀ ਦੀ ਫਲਾਈਟ ਵੀ 55 ਮਿੰਟ ਜਾਂ 1 ਘੰਟੇ ਦੀ ਹੈ ਤੇ ਜੇ ਚੰਡੀਗੜ੍ਹੋਂ ਵੀ ਇਹਨਾਂ ਨੇ ਦਿੱਲੀ ਜਾਣਾ ਹੈ ਤੇ ਮੈਨੂੰ ਲੱਗਦਾ ਸਵਾ ਡੇਢ ਘੰਟੇ ਚ ਪਹੁੰਚ ਜਾਣਗੇ ਜੇ ਕਾਰ ਤੇ ਜਾਣਗੇ ਤੇ 4-5 ਘੰਟੇ ਲੱਗਣਗੇ ਫਿਰ ਜੇ ਕਾਰ ਤੇ ਜਾਣਗੇ ਫਿਰ ਜਿਹੜੇ ਵੀਆਈਪੀ ਨੇ ਜਾਣਾ ਹੈ ਉਹਦੇ ਨਾਲ ਪੁਲਿਸ ਮੁਲਾਜ਼ਮ ਜਾਣਗੇ ਪੁਲਿਸ ਮੁਲਾਜ਼ਮ ਦੀਆਂ ਗੱਡੀਆਂ ਜਾਣਗੀਆਂ ਪਰ ਇਗਲ ਦਾ ਖਿਆਲ ਰੱਖਣ ਇਹ ਨਾ ਹੋਵੇ ਵੀ ਗੱਡੀਆਂ ਖਾਲੀ ਤੋਰ ਦੇਣ ਵੀ ਅਸੀਂ ਜਹਾਜ਼ ਚਾਉਣੇ ਆਂ ਫਿਰ ਖਰਚਾ ਵੱਧ ਜਾਣਾ ਹੈ ਮੰਨ ਲਓ ਮੰਨ ਲਿਆ ਮੰਨਿਆ ਜਾ ਸਕਦਾ ਹੈ ਕਿ ਸਰਕਾਰ ਦੀ ਜ਼ਰੂਰਤ ਹੋ ਸਕਦੀ ਹੈ ਪਰ ਜੇ ਸਰਕਾਰ ਇਹ ਤੋਂ ਬਿਨਾ ਸਾਰ ਸਕੇ ਤੇ ਬਹੁਤ ਚੰਗੀ ਗੱਲ ਹੈ ਦੋ ਚੀਜ਼ਾਂ ਤੇ ਸਰਕਾਰ ਖਰਚਾ ਘਟਾ ਲੇ ਇੱਕ ਜਹਾਜ਼ਾਂ ਦੇ ਖਰਚਿਆਂ ਤੇ ਪੁਲਿਸ ਦੇ ਖਰਚਿਆਂ ਤੇ ਵੀ ਵੀ ਆਈ ਪੀ ਸਿਕਿਉਰਿਟੀ ਦੇ ਖਰਚਿਆਂ ਤੇ ਤੇ ਇਸ਼ਤਿਹਾਰਾਂ ਦੇ ਖਰਚਿਆਂ ਤੇ ਇਹਦੇ ਨਾਲ ਬਹੁਤ ਸਹੂਲਤ ਹੋ ਜਾਊਗੀ ਮੈਂ ਕਹਣਾ ਆਮ ਆਦਮੀ ਪਾਰਟੀ ਦੇ ਨਾਲ ਹੋਰ ਲੋਕਾਂ ਨੂੰ ਮੁਹੱਬਤ ਹੋ ਜੂਗੀ ਵੀ ਕੁਰਬਾਨੀ ਕਰਤੀ ਆਮ ਆਦਮੀ ਪਾਰਟੀ ਨੇ ਜੇ ਬਹੁਤ ਜ਼ਿਆਦਾ ਲੋੜ ਹੈ ਸਰਕਾਰ ਨੂੰ ਕਿ ਲੈਣਾ ਹੀ ਲੈਣਾ ਜਹਾਜ਼ ਫਿਰ ਸਰਕਾਰ ਨੇ ਲੈ ਹੀ ਲੈਣਾ ਫਿਰ ਵਿਰੋਧ ਕਰਨ ਵਾਲੇ ਜਿੰਨੇ ਮਰਜ਼ੀ ਵਿਰੋਧ ਕਰੀ ਜਾਣ ਫਿਰ ਸੁਖਪਾਲ ਖੈਰਾ ਜਾਂ ਪ੍ਰਤਾਪ ਬਾਜਵਾਦੀ ਗੱਲ ਥੋੜੀ ਸਰਕਾਰ ਨੇ ਸੁਣਨੀ ਹੈ ਜੇ ਸਰਕਾਰ ਨੂੰ ਸੱਚਮੁੱਚ ਲੋੜ ਹੈ ਤੇ ਜੇ ਸਰਕਾਰ ਨੂੰ ਲੱਗਦਾ ਵੀ ਅਸੀਂ ਕਰਾਇਆ ਦੇ ਦਾਂਗੇ ਭਾਈ ਸਰਕਾਰੀ ਖਜ਼ਾਨੇ ਚੋਂ ਹੀ ਦੇਣਾ ਕਰਾਇਆ ਤਾਂ ਜੇ ਸਰਕਾਰ ਨੂੰ ਲੱਗਦਾ ਵੀ ਹੋਰ ਕੋਈ ਦਿੱਕਤ ਨਹੀਂ ਆਉਂਦੀ ਅਸੀਂ ਕਰ ਲਾਂਗੇ ਪੈਦਾ ਪੈਸਾ ਤੇ ਫੇਰ ਸਰਕਾਰ ਨੇ ਕਿਰਾਏ ਤੇ ਜਹਾਜ਼ ਲੈ ਲੈਣਾ ਸੋ ਇਹ ਟੈਂਡਰ ਨਿਕਲ ਗਏ ਸੋ ਵੇਖਦੇ ਆ ਕਿਹੜੀ ਕੰਪਨੀ ਦੇ ਨਾਲ ਗੱਲਬਾਤ ਸਿਰੇ ਚੜਦੀ ਹੈ ਕਿਹੜਾ ਜਹਾਜ਼ ਆਉਂਦਾ ਕਿਉਂਕਿ ਜਿਹੜਾ ਹੁਣ ਹੈਲੀਕਾਪਟਰ ਹੈ ਉਹ ਵੀ ਕਹਿੰਦੇ 35 38 ਕਰੋੜ ਰੁਪਏ ਦਾ ਖਰਚਾ ਆ ਗਿਆ ਸੀ ਉਹਨੂੰ ਹੋ ਗਏ 2012 ਚ ਲਿਆ ਸੀ ਜਦੋਂ ਇਹ ਹੈਲੀਕਾਪਟਰ ਖਰੀਦਿਆ ਸੀ ਪੰਜਾਬ ਸਰਕਾਰ ਨੇ ਉਦੋਂ ਵੀ ਬੜਾ ਰੌਲਾ ਪਿਆ ਸੀ ਵੀ ਇਹਦੀ ਕੀ ਲੋਡ ਹੈ ਤੁਸੀਂ ਦੇਖੋ ਚਰਨਜੀਤ ਚੰਨੀ ਨੇ ਕਿੰਨਾ ਉਡਾਇਆ ਪ੍ਰਕਾਸ਼ ਸਿੰਘ ਬਾਦਲ ਨੇ ਕਿੰਨਾ ਉਡਾਇਆ ਹੁਣ ਭਗਵੰਤ ਮਾਨ ਸਾਹਿਬ ਦੇਖੋ ਇਹਦੀ ਸੇਵਾ ਲੈ ਰਹੇ ਨੇ ਚਰਨਜੀਤ ਚੰਨੀ ਦਾ ਫਾਈਲਾਂ ਹੀ ਸਾਈਨ ਕਰਦੇ ਰਹਿੰਦੇ ਸੀ ਇਹਦੇ ਵਿੱਚ ਕੰਮ ਹੀ ਕੀ ਜਾਂਦੇ ਸੀ ਉਹ ਤਾਂ ਪੰਜਾਬ ਦੇ ਬੱਚਿਆਂ ਨੂੰ ਝੂਟਾ ਦੁਆਤਾ ਸੀ ਚਰਨਜੀਤ ਚੰਨੀ ਨੇ ਸੋ ਇਹ ਜੀ ਗੱਲ ਨਹੀਂ ਵੀ ਇਸ ਜਹਾਜ਼ ਦੀ ਵਰਤੋਂ ਨਹੀਂ ਹੁੰਦੀ ਹੈਲੀਕਾਪਟਰ ਦੀ ਵਰਤੋਂ ਖੂਬ ਹੁੰਦੀ ਹੈ ਹੁਣ ਭਗਵੰਤ ਮਾਨ ਸਾਹਿਬ ਦੇਖੋ ਕਦੀ ਗੁਜਰਾਤ ਜਾਣਾ ਹੈ ਕਦੀ ਦਿੱਲੀ ਜਾਣਾ ਹੈ ਆ ਕਦੀ ਲੁਧਿਆਣੇ ਆਉਣਾ ਹੈ ਕਦੀ ਕਿਸਾਨ ਮੇਲੇ ਤੇ ਆਉਣਾ ਹੈ ਸੋ ਮੁੱਖ ਮੰਤਰੀ ਕੋਲੇ ਸਮਾਂ ਹੀ ਤਾਂ ਹੁੰਦਾ ਨਹੀਂ ਦਿਨ ਛੋਟਾ ਜਿਹਾ ਹੁੰਦਾ ਮੁੱਖ ਮੰਤਰੀ ਦਾ ਕਿਉਂਕਿ ਕੰਮ ਹੀ ਇੰਨੇ ਜ਼ਿਆਦਾ ਹੁੰਦੇ ਇਸ ਕਰਕੇ ਕੱਲੇ ਹੈਲੀਕਾਪਟਰ ਦੇ ਨਾਲ ਨਾਲੇ ਜਿਹੜਾ ਇਹ ਹੈਲੀਕਾਪਟਰ ਹੈ ਜਿੱਚ ਮੈਨੂੰ ਲੱਗਦਾ ਬੜੀ ਮੁਸ਼ਕਲ ਨਾਲ 4 ਲੋਕ ਹੀ ਬੈਹਦੇ ਦੋ ਪਾਇਲਟ ਲਾ ਲੋ 6 ਬੰਦੇ ਹੀ ਐ ਤੇ ਜਿਹੜਾ 에ਅਰਕ੍ਰਾਫਟ ਹੈ ਉਹ ਚ 8 ਤੋਂ 10 ਲੋਕ ਬਹਿ ਸਕਦੇ ਤੇ ਦੋ ਇੰਜਨ ਵਾਲਾ ਹੁੰਦਾ ਆਮ ਤੌਰ ਤੇ ਪੰਜਾਬ ਵਾਲਾ ਹੈਲੀਕਾਪਟਰ ਵੀ ਦੋ ਇੰਜਨ ਵਾਲਾ ਹੈ। ਆਪ ਕੁਝ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਕੇਦਾਰਨਾਥ ਦੇ ਵਿੱਚ ਇੱਕ ਹੈਲੀਕਾਪਟਰ ਹਾਦਸਾ ਹੋ ਗਿਆ ਸੀ। ਉਹ ਇੱਕ ਇੰਜਨ ਵਾਲਾ ਹੈਲੀਕਾਪਟਰ ਸੀ। ਸੋ ਜੇ ਦੋ ਇੰਜਨ ਵਾਲਾ ਹੈਲੀਕਾਪਟਰ ਹੋਵੇ ਜੇ ਇੱਕ ਇੰਜਨ ਖਰਾਬ ਵੀ ਹੋ ਜੇ ਤੇ ਦੂਜਾ ਚੱਲਦਾ ਰਹਿੰਦਾ। ਸੋ ਇਸ ਕਰਕੇ ਸੇਫਟੀ ਵੀ ਜ਼ਰੂਰੀ ਹੈ ਸਾਰਿਆਂ ਦੀ ਸਾਰੇ ਯਾਤਰੀਆਂ ਦੀ। ਸੋ ਮੈਨੂੰ ਤਾਂ ਲੱਗਦਾ ਭਾਰਤ ਸਰਕਾਰ ਨੂੰ ਇਹ ਲਾਜ਼ਮੀ ਕਰਨਾ ਚਾਹੀਦਾ ਹੈ ਵੀ ਅਸੀਂ ਭਾਰਤ 'ਚ ਇੱਕ ਇੰਜਨ ਵਾਲਾ ਹੈਲੀਕਾਪਟਰ ਉਡਾਉਣਾ ਹੀ ਨਹੀਂ। ਦੇਖੋ ਸਾਡੇ ਪਾਇਲਟ ਦੀ ਵੀ ਉੱਥੇ ਜਾਨ ਚਲੀ ਗਈ ਸੱਤ ਸਵਾਰੀਆਂ ਵੀ ਦੁਨੀਆ ਤੋਂ ਚਲੀਆਂ ਗਈਆਂ ਕਿੱਡੇ ਦੁੱਖ ਵਾਲੀ ਗੱਲ ਹੈ ਬਾਕੀ ਜ਼ਰੂਰਤ ਪੈਂਦੀ ਰਹਿੰਦੀ ਹੈ ਅੱਜ ਕੱਲ ਮੁੱਲਕ ਸਾਡਾ ਤਰੱਕੀ ਕਰ ਰਿਹਾ ਪੰਜਾਬ ਦੇਖੋ ਤਰੱਕੀ ਕਰ ਰਿਹਾ ਕਿੱਡੀ ਪੰਜਾਬ ਚ ਸਰਕਾਰ ਕਹਿੰਦੀ ਟੈਕਸਾਂ ਦਾ ਕਲੈਕਸ਼ਨ ਵਧ ਗਿਆ ਰਿਕਾਰਡ ਤੋੜ ਤੇ ਕਹਿੰਦੇ ਸ਼ਰਾਬ ਤੋਂ ਰੈਵਨਿਊ ਵਧ ਗਿਆ ਫਿਰ ਮੈਨੂੰ ਲੱਗਦਾ ਖਰਚਾ ਜਹਾਜ ਦਾ ਨਿਕਲ ਜਾਊਗਾ ਐਵੇਂ ਹੀ ਵਿਰੋਧੀ ਵਿਰੋਧ ਕਰੀ ਜਾਂਦੇ ਨੇ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਵਿਰੋਧੀ ਸਰਕਾਰ ਚ ਹੁੰਦੇ ਇਹਨਾਂ ਨੇ ਵੀ ਕਹਿਣਾ ਸੀ ਸਾਨੂੰ ਲੋੜ ਹੈ ਇਸ ਕਰਕੇ ਸਿਆਸਤ ਬੜੀ ਅਜੀਬ ਹੋ ਗਈ ਅਸੀਂ ਆਮ ਲੋਕਾਂ ਨੇ ਕਾਹਨੂੰ ਇਸ ਚੱਕਰ 'ਚ ਪੈਣਾ ਸੋ ਜੇ ਸਰਕਾਰ ਨੂੰ ਲੋੜ ਹੈ ਭਾਈ ਉਹਨਾਂ ਨੂੰ ਲੈਣ ਦਿਓ ਆਪਾਂ ਕਿਉਂ ਰਿਕਵਰਡ ਪਾਉਣੀ ਅ ਡੱਲਾ ਜੀ ਕੋਰੋਨਾ ਕਾਲ ਦੇ ਸਮੇਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਸੀ ਜਿਨ੍ਹਾਂ ਪਾਬੰਦੀਆਂ ਵਿੱਚੋਂ ਇੱਕ ਇਹ ਵੀ ਸੀ ਕਿ ਘਰੇਲੂ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਆਪਣੇ ਪੰਜਾਬ ਦੀ ਗੱਲ ਕਰਦੇ ਆ ਤਾਂ ਬਠਿੰਡਾ ਦੇ ਨਾਲ ਨਾਲ ਆਦਮਪੁਰ ਪਠਾਨਕੋਟ ਅਤੇ ਸਾਨੇਵਾਲ ਇਹਨਾਂ ਤੋਂ ਘਰੇਲੂ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਸੋ ਹੁਣ ਇੱਕ ਵਾਰ ਫੇਰ ਪੰਜਾਬ ਦੀ ਸਰਕਾਰ ਨੇ ਆਪਣੇ ਪ੍ਰਮੁੱਖ ਸਖਤਰ ਦੇ ذریعے ਕੇਂਦਰ ਸਰਕਾਰ ਨੂੰ ਇਹ ਮੰਗ ਕੀਤੀ ਹੈ ਕਿ ਜੋ ਪੰਜਾਬ ਦੀਆਂ ਘਰੇਲੂ ਡਾਣਾ ਨੇ ਇਹਨਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਏ ਕੀ ਲੱਗਦਾ ਡੱਲਾ ਜੀ ਤੁਸੀਂ ਸਭ ਤੋਂ ਕੀ ਕਹਿਣਾ ਚਾਹੋਗੇ ਕਿ ਕੀ ਕੋਈ ਸੰਭਾਵਨਾ ਲੱਗ ਰਹੀ ਹੈ ਕਿ ਜਲਦੀ ਹੀ ਇਹ ਘਰੇਲੂ ਡਾਣਾ ਜੋ ਹੈ ਸ਼ੁਰੂ ਹੋ ਸਕਣਗੀਆ ਦੇਖੋ ਹਰਜੋਤ ਜੀ ਪੰਜਾਬ ਦੇ ਪ੍ਰਮੁੱਖ ਸਖਤਰ ਨੇ ਰਾਹੁਲ ਭੰਡਾਰੀ ਐਵੀਏਸ਼ਨ ਸੈਕਟਰੀ ਨੇ ਔਰ ਇੱਕ ਇੰਟਰੈਕਸ਼ਨ ਸੀ ਸਰਕਾਰੀ ਵੱਖ-ਵੱਖ ਮਹਿਕਮਿਆਂ ਦੀ ਜੀ ਦੇ ਵਿੱਚ ਹਵਾਈ ਅੱਡਿਆਂ ਦੀ ਸੁਰੱਖਿਆ ਨਾਲ ਸੰਬੰਧਿਤ ਔਰ ਕਿਵੇਂ ਸਾਡੀ ਐਵੀਏਸ਼ਨ ਨੂੰ ਹੋਰ ਸਿਕਿਉਰ ਕਰਨਾ ਹੈ ਉਹਦੇ ਵਿੱਚ ਇਹਨਾਂ ਨੇ ਮੰਗ ਚੱਕੀ ਪੰਜਾਬ ਸਰਕਾਰ ਦੇ ਹਵਾਲੇ ਨਾਲ ਅਸਲ 'ਚ ਜਦੋਂ ਕੋਵਿਡ ਸੀ ਜਦੋਂ ਭਾਰਤ ਦੇ ਵਿੱਚ ਲਾਕਡਾਊਨ ਲੱਗਿਆ ਪ੍ਰਧਾਨ ਮੰਤਰੀ ਸਾਹਿਬ ਦੀ ਅਪੀਲ ਤੇ ਲੋਕਾਂ ਨੇ ਥਾਲੀਆਂ ਵਜਾਈਆਂ ਉਸ ਤੋਂ ਬਾਅਦ ਲੰਮਾ ਲਾਕਡਾਊਨ ਲੱਗਿਆ ਤੇ ਉਦੋਂ ਹਵਾਈ ਅੱਡੇ ਬੰਦ ਹੋ ਗਏ ਦੇਸ਼ ਦੇ ਵੱਡੇ ਤੇ ਫਿਰ ਹੌਲੀ-ਹੌਲੀ ਕਰਕੇ ਡੋਮੈਸਟਿਕ ਵੀ ਬੰਦ ਹੋ ਗਈ ਕੁਦਮ ਔਰ ਪੰਜਾਬ ਚ ਦੇਖੋ ਇੱਕ ਤਾਂ ਸਾਨੇ ਵਾਲ ਹਵਾਈ ਅੱਡਾ ਲੁਧਿਆਣੇ ਇੱਕ ਬਠਿੰਡੇ ਐ ਇਸੇ ਤਰ੍ਹਾਂ ਆਪਣੇ ਪਠਾਨਕੋਟ ਐ ਪੰਜਾਬ ਦੇ ਵਿੱਚ ਜਿਲੰਦਰ ਚ ਆਦਮਪੁਰ ਹੈ ਇਸ ਸਾਰੇ ਘਰੇਲੂ ਉਡਾਣਾਇਆਂ ਥੋੜ੍ਹਦੀਆਂ ਸੀ ਇਥੋਂ ਦਿੱਲੀ ਕਿਸੇ ਨੇ ਜਾਣਾ ਹੈ ਜਾਂ ਕਿਸੇ ਨੇ ਗੁਜਰਾਤ ਜਾਣਾ ਹੈ ਕਿਤੇ ਕਨੈਕਟਿੰਗ ਫਲਾਈਟ ਬਠਿੰਡੇ ਤੋਂ ਦਿੱਲੀ ਵੀ ਹੋ ਜਾਂਦੀ ਸੀ ਬਠਿੰਡੇ ਤੋਂ ਚੰਡੀਗੜ੍ਹ ਵੀ ਹੋ ਗਈ ਸੀ ਇਹ ਸਾਰੇ ਹਵਾਈ ਅੱਡੇ ਬੰਦ ਹੈ ਔਰ ਰਾਹੁਲ ਭੰਡਾਰੀ ਹੋਣਾ ਨੇ ਪੰਜਾਬ ਸਰਕਾਰ ਦੀ ਤਰਫੋਂ ਮੰਗ ਕੀਤੀ ਹੈ ਕੇਂਦਰ ਸਰਕਾਰ ਨੂੰ ਸਾਡੀ ਸਿਵਲ ਐਵੀਏਸ਼ਨ ਦੀ ਮਿਨਿਸਟਰੀ ਹੈ ਜਿਹੜੀ ਜਹਾਜ਼ਾਂ ਬਾਰੇ ਮਿਨਿਸਟਰੀ ਹੈ ਜਿਹੜੀ ਇਹ ਕਹਿ ਦਿੰਦੇ ਆ ਸਾਦੇ ਭਾਸ਼ਾ ਚ ਖਰਜੋਜੀ ਉਹਨਾਂ ਤੋਂ ਮੰਗ ਕੀਤੀ ਹੈ ਵੀ ਤੁਸੀਂ ਇਹਨਾਂ ਹਵਾਈ ਅੱਡਿਆਂ ਨੂੰ ਚਲਾਓ ਕਿਉਂਕਿ ਜਦੋਂ ਇਹ ਸ਼ੁਰੂ ਕੀਤੇ ਗਏ ਸੀ ਉਦੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਪੰਜਾਬ ਦਾ ਵਪਾਰ ਹੁਲਾਰੇ ਲੈ ਜਾਊਗਾ ਪੰਜਾਬ 'ਚ ਸੈਲਾਨੀ ਬਹੁਤ ਆਉਣਗੇ ਹੁਣ ਇੰਨਾ ਸਮਾਂ ਹੋ ਗਿਆ ਬੰਦ ਹੋ ਗਏ ਤੇ ਖਰਚਾ ਉਸੇ ਤਰ੍ਹਾਂ ਹੋ ਰਿਹਾ ਏਅਰਪੋਰਟਾਂ ਦੀ ਸ਼ਾਮ ਸੰਭਾਲ ਲਈ ਮੁਲਾਜ਼ਮਾਂ ਨੂੰ ਵੀ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਤਨਖਾਹਾਂ ਵੀ ਜਾਰੀਆਂ ਹੋਣੀਆਂ ਇਸ ਕਰਕੇ ਅਗਰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਹੀਂ ਜਿਹੜੇ ਉੱਥੇ ਹੋਰ ਪ੍ਰਬੰਧ ਨੇ ਉਹਨਾਂ ਤੇ ਖਰਚੇ ਹੋ ਰਹੇ ਨੇ ਫਿਰ ਭਾਈ ਜਹਾਜ਼ ਵੀ ਉਡਾ ਲਓ ਉਂਝ ਮੈਂ ਸੁਣਦਾ ਹੁੰਦਾ ਸੀ ਕਹਾਵਤ ਚਲਤੀ ਕਾ ਨਾਮ ਗਾੜੀ ਸੋ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਉੜਤੀ ਕਾ ਨਾਮ ਗਾੜੀ ਵੀ ਜੇ ਜਹਾਜ਼ ਚਲਾਉਂਗੇ ਹੀ ਨਹੀਂ ਡੋਮੈਸਟਿਕ ਤੇ ਪਾਏ ਪਾਏ ਨੂੰ ਜਾਰੀ ਲੱਗ ਜਾਣੀ ਕਾਰਾਂ ਵੀ ਪੁਰਾਣੀਆਂ ਖੜੀਆਂ ਹੋਣ ਤੇ ਦੁਬਾਰਾ ਸਰਵਿਸ ਸਰਵਿਸ ਕਰਾ ਕੇ ਇੰਜਨ ਆਇਲ ਪਵਾ ਕੇ ਬ੍ਰੇਕ ਆਇਲ ਪਵਾ ਕੇ ਫੇਰ ਕਿਤੇ ਚਲਦਿਆਂ ਨੇ ਹੁਣ ਮੈਨੂੰ ਲੱਗਦਾ ਅਗਰ ਇੰਨੇ ਸਾਡੇ ਘਰੇਲੂ ਹਵਾਈ ਅੱਡੇ ਬੰਦ ਨੇ ਤਾਂ ਦੇਸ਼ 'ਚ ਬਹੁਤ ਸਾਰੇ ਜਿਹੜੇ ਛੋਟੇ ਹਵਾਈ ਜਹਾਜ਼ ਨੇ ਡੋਮੈਸਟਿਕ 에ਰੋਪਲੇਨਸ ਨੇ ਉਹ ਵੀ ਕਿਤੇ ਵੱਖ-ਵੱਖ ਖੜੇ ਹੋਣੇ ਨੇ ਹਵਾਈ ਜਹਾਜ਼ਾਂ ਦੇ ਅੱਡਿਆਂ ਤੇ ਇਸ ਕਰਕੇ ਅਗਰ ਉਹ ਉੱਡਦੇ ਰਹਿਣ ਤੇ ਠੀਕ ਹੈ ਸੋ ਖੁੱਲ ਜਾਣੇ ਚਾਹੀਦੇ ਨੇ ਪੰਜਾਬ ਦਾ ਵਪਾਰ ਵਧੂਗਾ ਸ਼ਲਾਨੀ ਵਧਣਗੇ ਸੋ ਅੱਜ ਦਾ ਸਮਾਂ ਉਹ ਨਹੀਂ ਕਿ ਅਸੀਂ ਹਵਾਈ ਅੱਡੇ ਰੋਕੀਏ ਤੇ ਬੰਦ ਰੱਖੀਏ ਇਹ ਚਲਾਉਣੇ ਚਾਹੀਦੇ ਭਾਰਤ ਸਰਕਾਰ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਉਚਿਤੇ ਤੌਰ ਤੇ ਆਪ ਮੋਦੀ ਸਾਹਿਬ ਦੇ ਧਿਆਨ ਚ ਵੀ ਇਹ ਗੱਲ ਹੋਣੀ ਚਾਹੀਦੀ ਨਾਲੇ ਹੁਣ ਤਾਂ ਵੋਟਾਂ ਆਉਣ ਵਾਲੀਆਂ ਨੇ 2024 ਦੀਆਂ ਵੋਟਾਂ ਤੋਂ ਪਹਿਲਾਂ ਨਹੀਂ ਅਗਰ ਚੱਲਣਗੇ ਤੇ ਫਿਰ ਕੀ ਫਾਇਦਾ ਹੋਊਗਾ ਤੇ ਜੇ ਵੋਟਾਂ ਦੇ ਦਰਮਿਆਨ ਵੀ ਇਹ ਬੰਦ ਰਹਿ ਗਏ ਲੋਕਾਂ ਨੇ ਗੁੱਸੇ ਹੋ ਜਾਣਾ ਇਸ ਕਰਕੇ ਹੁਣ ਆਵਾਜ਼ ਸਾਰਿਆਂ ਨੂੰ ਬੁਲੰਦ ਕਰਨੀ ਚਾਹੀਦੀ ਹੈ ਵੀ ਭਾਈ ਹਵਾਈ ਅੱਡੇ ਚਲਾਓ ਤਾਂ ਕਿ ਹਵਾਈ ਅੱਡੇ ਚੱਲਣ ਨਾਲੇ ਜਦੋਂ ਇਹ ਹਵਾਈ ਅੱਡੇ ਬਣਨੇ ਸੀ ਸਮੇਂ-ਸਮੇਂ ਤੇ ਉਸ ਤੋਂ ਪਹਿਲਾਂ ਬਹੁਤ ਰੌਲੇ ਪਏ ਵੀ ਇੱਥੇ ਹਵਾਈ ਅੱਡੇ ਬਣਨਗੇ ਜੀ ਇੱਥੇ ਵਪਾਰ ਹੋਊਗਾ ਲੋਕਾਂ ਨੇ ਆਲੇ-ਦੁਆਲੇ ਜ਼ਮੀਨਾਂ ਲੈ ਲੀਆਂ ਮਹਿੰਗੇ ਭਾਵਾਂ ਤੇ ਕਈਆਂ ਨੇ ਦੁਕਾਨਾਂ-ਦਕੂਨਾਂ ਵੀ ਬਣਾ ਲੀਆਂ ਹੋਣੀਆਂ ਭਾਈ ਉਹਨਾਂ ਦੇ ਕਾਰੋਬਾਰ ਠੱਪ ਪਏ ਹੋਣੇ ਆ ਚਲਾਓ ਹਵਾਈ ਅੱਡੇ ਲੋਕਾਂ ਦਾ ਰੋਜ਼ਗਾਰ ਚੱਲੇ ਡੱਲਾ ਜੀ ਹੁਣ ਕਾਂਗਰਸ ਪਾਰਟੀ ਦੀ ਵੀ ਗੱਲ ਕਰ ਲਈਏ ਸੋ ਕਾਂਗਰਸ ਪਾਰਟੀ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਮਲਿਕ ਅਰਜੁਨ ਖੜਗੇ ਜੋ ਕਿ ਬਹੁਤ ਵੱਡੇ ਫਰਕ ਨਾਲ ਉਹਨਾਂ ਨੇ ਆਪਣੀ ਜਿੱਤ ਹਾਸਲ ਕੀਤੀ ਹੈ ਸ਼ਸ਼ੀ ਥਰੂਰ ਜੋ ਉਹਨਾਂ ਦੇ ਮੁਕਾਬਲੇ ਦੇ ਵਿੱਚ ਸੀ ਉਹਨਾਂ ਨੂੰ ਹਾਰ ਮਿਲੀ ਹੈ ਤੇ ਜਦੋਂ ਤੋਂ ਮਲਿਕ ਅਰਜੁਨ ਖੜਗੇ ਦੀ ਜਿੱਤ ਅਨਾਉਂਸ ਕੀਤੀ ਗਈ ਉਸ ਤੋਂ ਬਾਅਦ ਹੀ ਕਾਂਗਰਸ ਦਫਤਰ ਦੇ ਬਾਹਰ ਜੋ ਹੈ ਜਸ਼ਨ ਵੀ ਮਨਾਏ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਡੱਲਾ ਜੀ ਕਿ ਮਲਿਕ ਅਰਜੁਨ ਖੜਗੇ ਕਿੰਨੀ ਕੁ ਮਜ਼ਬੂਤ ਸਥਿਤੀ ਬਣਾ ਸਕਣਗੇ ਕਾਂਗਰਸ ਪਾਰਟੀ ਦੀ ਐਜ਼ ਅ ਪ੍ਰਧਾਨ ਕਿੰਨੀ ਕੁ ਨਵੀਂ ਰੂਪਰੇਖਾ ਕਾਂਗਰਸ ਪਾਰਟੀ ਨੂੰ ਦੇ ਸਕਣਗੇ ਕਿ ਕਾਂਗਰਸ ਨੂੰ ਉੱਥੇ ਤੱਕ ਪਹੁੰਚਾ ਸਕਣਗੇ ਜਿੱਥੇ ਉਹ ਭਾਜਪਾ ਅਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦਾ ਵੀ ਮੁਕਾਬਲਾ ਬਹੁਤ ਤਗੜੇ ਹੋ ਕੇ ਕਰ ਸਕੇ ਬਹੁਤ ਵੱਡੀ ਜਿੱਤ ਮਲਕ ਅਰਜਨ ਖੜਗੇ ਨੂੰ ਮਿਲੀ ਹੈ। ਸੋ 7897 ਦੇ ਕਰੀਬ ਵੋਟਾਂ ਲਈਆਂ। ਸ਼ਸ਼ੀ ਥਰੂਰ ਉਹਨਾਂ ਨੂੰ 1100 ਤੋਂ ਜ਼ਿਆਦਾ ਪੈ ਗਈਆਂ। ਉਹ ਜੇ ਪਹਿਲੀ ਵਾਰੀ ਹੋਇਆ ਜਦੋਂ ਕਾਂਗਰਸ ਦੇ ਵਿੱਚ ਜਦੋਂ ਵੋਟਾਂ ਹੁੰਦੀਆਂ ਨੇ ਦੂਜੇ ਨੰਬਰ ਤੇ ਰਹਿਣ ਵਾਲਾ ਉਮੀਦਵਾਰ ਕਦੀ 2% ਤੋਂ ਵੀ ਵਧਿਆ ਹੋਵੇ। ਸ਼ਸ਼ੀ ਥਰੂਰ 10-11% ਪਾਰ ਕਰ ਗਏ। ਸੋ ਸ਼ਸ਼ੀ ਥਰੂਰ ਹਾਰ ਕੇ ਵੀ ਇੱਕ ਵੱਡੇ ਲੀਡਰ ਦੇ ਤੌਰ ਤੇ ਉਭਰੇ ਨੇ। ਜਦ ਕੀ ਮਲਿਕ ਅਰਜਨ ਖੜਗੇ ਸਭ ਨੂੰ ਪਤਾ ਹੈ ਕਿ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਨੇ ਜਿੱਦਾਂ ਹੀ ਇਹ ਜਿੱਤੇ ਬੀਬੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਵੀ ਮਿਲਣ ਗਈ ਹੁਣ 26 ਅਕਤੂਬਰ ਨੂੰ ਇਹਨਾਂ ਨੇ ਅਹੁਦੇ ਦੀ ਸੌ ਚੁੱਕਣੀ ਹੈ ਤੇ 26 ਅਕਤੂਬਰ ਨੂੰ ਫੇਰ ਖੂਬ ਸਿਆਸੀ ਰੌਲਾ ਰੱਪਾ ਪਊਗਾ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ 올 ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਬਣੇ ਨੇ ਮਲਿਕ ਅਰਜਨ ਖੜਗੇ 9 ਵਾਰ ਤਾਂ ਐਮਐਲਏ ਰਹੇ ਕਈ ਵਾਰ ਮੰਤਰੀ ਰਹੇ ਕੇਂਦਰ ਚ ਵੀ ਰਹੇ ਐਮਪੀ ਰਾਜ ਸਭਾ ਰਏ ਸੋ ਲੀਡਰ ਬਹੁਤ ਸੀਨੀਅਰ ਨੇ ਇਹ ਅਨੁਸ਼ਾਸਨੀ ਕਮੇਟੀ ਦੇ ਵੀ ਚੇਅਰਮੈਨ ਸੀ ਹਰੀਸ਼ ਚੌਧਰੀ ਹੁਣਾਂ ਨੇ ਜਿਹੜੀ ਸ਼ਿਕਾਇਤ ਭੇਜੀ ਸੀ ਨਵਜੋਤ ਸਿੰਘ ਸਿੱਧੂ ਦੀ ਉਹ ਬੀਬੀ ਸੋਨੀਆ ਗਾਂਧੀ ਨੇ ਮਾਰਕ ਕਰਕੇ ਇਹਨਾਂ ਕੋਲੇ ਹੀ ਭੇਜਤੀ ਸੀ ਮਲਕ ਮਲਕਰਜਨ ਖੜਕੇ ਕੋਲੇ ਪਰ ਹਜੇ ਤੱਕ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਅਨੁਸ਼ਾਸਨੀ ਕਾਰਵਾਈ ਦੀ ਸ਼ਿਕਾਇਤ ਸੀ ਉਹਤੇ ਕੋਈ ਕਾਰਵਾਈ ਨਹੀਂ ਕੀਤੀ ਸੋ ਕਾਂਗਰਸ ਦੀ ਪ੍ਰਧਾਨਗੀ ਤਾਂ ਇਹਨਾਂ ਨੂੰ ਫੈਸਲੇ ਆਲੀ ਲੈਣੀ ਪੈਣੀ ਸੋ ਫੈਸਲੇ ਕਰਨੇ ਪੈਣਗੇ ਇਹਨਾਂ ਨੂੰ ਜਲਦ ਚੰਗੇ ਫੈਸਲੇ ਕਰਨੇ ਪੈਣਗੇ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਸੰਗਠਨ ਚ ਕਿਸ ਤਰ੍ਹਾਂ ਫੇਰ ਬਦਲ ਕਰਦੇ ਨੇ ਕੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਸੋਨੀਆ ਗਾਂਧੀ ਦੀ ਮਰਜ਼ੀ ਨਾਲ ਫੈਸਲੇ ਕਰਨਗੇ ਜਾਂ ਆਪਣੇ ਵਿਵੇਕ ਨਾਲ ਫੈਸਲੇ ਕਰਨਗੇ ਕੀ ਹੁਣ ਕਾਂਗਰਸ ਦੀ ਹਾਈ ਕਮਾਂਡ ਹੈ ਜਿਹੜੀ ਉਹ ਮਲਕ ਅਰਜਨ ਖੜਗੇ ਹੋਣਗੇ ਇਹ ਹਜੇ ਵੀ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ ਉਹ ਬੀਬੀ ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਹੋਣਗੇ। ਬੜੀ ਦਚਿੱਤੀ ਦੀ ਕਾਂਗਰਸ ਦੇ ਲੀਡਰਾਂ ਚ ਪਈ ਐ। ਉੰਜ ਬਹੁਤ ਸਾਰੇ ਵਰਕਰ ਖੁਸ਼ ਨੇ। ਕੱਲ ਜਦੋਂ ਇਹ ਪ੍ਰਧਾਨ ਚੁਣੇ ਗਏ, ਖੂਬ ਢੋਲ ਠਮਾਕਾ ਹੋਇਆ। ਬੜੇ ਬੈਂਡ ਬਾਜੇ ਬਜੇ ਜੀ। ਬਹੁਤ ਸ਼ਗਨ ਇੱਕ ਦੂਜੇ ਨੂੰ ਦਿੱਤੇ ਲੋਕਾਂ ਨੇ ਖੁਸ਼ੀ ਖੁਜੀ ਚ। ਰੋਜ਼ਗਾਰ ਬਣਿਆ ਬੈਂਡ ਵਾਲਿਆਂ ਦਾ ਵੀ। ਚਿਰਾਬਾਦ ਕਾਂਗਰਸ ਦਫ਼ਤਰ ਦੇ ਬਾਹਰ ਬੈਂਡ ਬਾਜੇ ਬਜੇ। ਚਿਰਾਬਾਦ ਖੁਸ਼ੀ ਮਿਲੀ ਕਾਂਗਰਸ ਨੂੰ ਕਿਉਂਕਿ ਦਿੱਲੀ ਚੋਂ ਤਾਂ ਕਾਂਗਰਸ ਵਹਿਲੀ ਹੈ ਨਾ ਕੋਈ ਐਮਐਲਏ ਨਾ ਐਮਪੀ ਬਸ ਦਫਤਰ ਹੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਤੇ ਸੰਗਠਨ ਦਾ ਤੇ ਕੋਠੀਆਂ ਨੇ ਜਿਹੜੀਆਂ ਇੱਕ ਵਾਰੀ ਸਰਕਾਰੀ ਐਮਪੀ ਬਣ ਜੇ ਜਾਂ ਮੌਜੂਦਾ ਰਾਜ ਸਭਾ ਮੈਂਬਰ ਹੋਵੇ ਫਲੈਟ ਕੋਠੀਆਂ ਮਿਲਦੀਆਂ ਰਹਿੰਦੀਆਂ ਨੇ ਐਮਐਲਏ ਐਮਪੀ ਨਹੀਂ ਕੋਈ ਕੋਠੀਆਂ ਸਰਕਾਰੀ ਖੂਬ ਹੈ ਕਾਂਗਰਸ ਦੇ ਲੀਡਰਾਂ ਕੋਲੇ ਦਿੱਲੀ 'ਚ ਤੋ ਸਵਾਲ ਉਹੀ ਹੈ ਮਲਕੇ ਅਰਜਨ ਖੜਗੇ ਕੀ ਨਰਿੰਦਰ ਮੋਦੀ ਦਾ ਮੁਕਾਬਲਾ ਕਰ ਸਕਣਗੇ ਕੀ ਅਰਵਿੰਦ ਕੇਜਰੀਵਾਲ ਦਾ ਮੁਕਾਬਲਾ ਕਰ ਸਕਣਗੇ ਬੜੇ ਤੇਜ਼ ਤਰ੍ਹਾਂ ਲੀਡਰ ਬਣ ਗਏ ਨੇ ਅਰਵਿੰਦ ਕੇਜਰੀਵਾਲ ਮਲਕੇ ਅਰਜਨ ਖੜਗੇ ਸਾਹਿਬ ਕਹਿੰਦੇ ਬੜੇ ਨਰਮ ਸੁਭਾਅ ਦੇ ਲੀਡਰ ਨੇ ਨਰਿੰਦਰ ਮੋਦੀ ਹੁਣਾਂ ਦਾ ਮੁਕਾਬਲਾ ਰਾਹੁਲ ਗਾਂਧੀ ਨੂੰ ਕੀ ਪ੍ਰੇਰਨਾ ਦੇ ਸਕਣਗੇ ਜਿਵੇਂ ਡਾਕਟਰ ਮਨਮੋਨ ਸਿੰਘ ਹੁਣਾਂ ਨੇ ਦਿੱਤੀ ਸੀ ਸੋ ਬੜੇ ਵੱਡੇ ਵੱਡੇ ਸਵਾਲ ਨੇ 2024 ਉਸ ਤੋਂ ਪਹਿਲਾਂ ਹੁਣ ਗੁਜਰਾਤ ਹੈ ਗੁਜਰਾਤ ਦੀਆਂ ਚੋਣਾਂ ਤੇ ਹਿਮਾਚਲ ਦੀਆਂ ਚੋਣਾਂ ਕੀ ਪ੍ਰਭਾਵ ਪਾ ਸਕਣਗੇ ਉਹਦੇ ਵਿੱਚ ਮਲਿਕ ਅਰਜਨ ਖੜਗੇ ਕੀ ਕਿੰਨੀਆਂ ਥਾਵਾਂ ਦੀਆਂ ਪ੍ਰਧਾਨਗੀਆਂ ਦਾ ਕਾਂਗਰਸ ਦਾ ਰੌਲਾ ਚੱਲੀ ਜਾਂਦਾ ਹੈ ਮਨਮਿਟਾ ਚੱਲੀ ਜਾਂਦਾ ਰਾਜਸਥਾਨ ਜੀ ਇੱਕ ਪਾਸੇ ਅਸ਼ੋਕ ਗਹਿਲੋਤ ਨੇ ਉਧਰ ਸਚਿਨ ਪਾਇਲਟ ਨੇ ਸੀਐਮ ਨੇ ਵੇਟਿੰਗ ਉਹ ਕਈ ਵਾਰੀ ਸੀਐਮ ਬਣਦੇ ਬਣਦੇ ਰਹੇ ਇਹ ਰੌਲੇ ਗੋਲੇ ਕਾਂਗਰਸ ਦੇ ਬਹੁਤ ਵੱਡੀ ਚੁਣੌਤੀ ਹੈ ਜੀ ਮਲਿਕ ਅਰਜਨ ਖੜਗੇ ਸਾਹਿਬ ਸਾਡੀਆਂ ਸ਼ੁਭ ਇਛਾਵਾਂ ਨੇ ਕਾਂਗਰਸ ਪ੍ਰਾਣੀ ਪਾਰਟੀ ਆ ਅਕਾਲੀ ਦਲ ਦੀ ਤਰ੍ਹਾਂ ਅਗਰ ਲੋਕਾਂ ਦੀ ਸੋਚ ਮੁਤਾਬਕ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਕਾਮਯਾਬੀ ਜ਼ਰੂਰ ਮਿਲ ਸਕਦੀ ਹੈ ਨਹੀਂ ਤਾਂ ਸਾਨੂੰ ਪਤਾ ਹੀ ਹੈ ਕਾਂਗਰਸ ਖੁਰ ਰਹੀ ਹੈ ਡੇ ਬਾਈ ਡੇ ਸਬੋਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ